ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਤੇ ਆਪ ਸੰਗਤ ਦੇ ਕਰਨਾ ਦੀ ਸੇਵਾ ਕਰਦਿਆਂ ਜੋ ਲੜੀਵਾਰ ਸ੍ਰੀ ਦਸਮ ਗ੍ਰੰਥ ਜੀ ਦੀ ਸ਼ਬਦ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰੀਦੀ ਹੈ ਉਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅੱਜ ਦੀ ਵੀ ਇਸ ਹਾਜ਼ਰੀ ਦੇ ਵਿੱਚ ਜੋ ਪਿਛਲੇ ਹਫ਼ਤੇ ਤੱਕ ਸਤਿਗੁਰ ਸੱਚੇ ਪਾਤਸ਼ਾਹ ਨੇ ਸੇਵਾ ਲਈ ਹੈ ਉਸ ਤੋਂ ਅੱਗੇ ਅੱਜ ਦੀ ਹਾਜ਼ਰੀ ਨੂੰ ਲੈ ਕੇ ਜਾਣ ਦਾ ਜਿਹੜਾ ਹੈ ਉਹ ਯਤਨ ਕਰਾਂਗੇ ਤੇ ਸਤਿਗੁਰੂ ਕਿਰਪਾ ਕਰਨ ਆਪ ਸੰਗਤ ਨੇ ਅਸੀਸ ਬਖਸ਼ਿਸ਼ ਕਰਨੀ ਕਿ ਅੱਜ ਦੀ ਇਸ ਹਾਜ਼ਰੀ ਦੇ ਅੰਦਰ ਉਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨੂੰ ਆਪ ਸੰਗਤ ਦੇ ਨਾਲ ਸਾਂਝਾ ਕਰ ਸਕੀਏ ਜੀ ਕਿਰਪਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਹਫ਼ਤੇ ਤੱਕ ਜੋ ਸਤਿਗੁਰ ਨੇ ਕਿਰਪਾ ਕਰਕੇ ਆਪਣੇ ਤੋਂ ਸੇਵਾ ਲਈ ਹੈ ਉਸ ਤੋਂ ਅੱਗੇ ਜਿੱਥੋਂ ਅੱਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੀ ਵਿਚਾਰ ਆਰੰਭ ਕਰਾਂਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਤੇ ਔਲੀਆ ਅੰਬੀਆ ਹੋਏ ਬੀਤੇ ਤਿ ਤ੍ਰਿਓ ਕਾਲ ਜੀਤਾ ਨਾ ਤੇ ਕਾਲੇ ਜੀਤੇ ਜਿਤੇ ਰਾਮ ਸੇ ਕ੍ਰਿਸ਼ਨ ਹੋਏ ਬਿਸਨ ਆਏ ਤਿ ਤ੍ਰਿਓ ਕਾਲ ਖਾਪਿਓ ਨਾ ਤੇ ਕਾਲ ਘਾਇ ਜਿਤੇ ਇੰਦਰ ਸੇ ਚੰਦਰ ਸੇ ਹੋਤ ਆਏ ਤ੍ਰਿਉ ਕਾਲ ਖਾਪਾ ਨਾ ਤੇ ਕਾਲ ਕਾਇ ਜਿਤੇ ਔਲੀਆ ਅੰਬੀਆ ਗੌਂਸ ਹੋਏ ਹੈ ਸਭ ਕਾਲ ਕੇ ਅੰਤ ਦਾੜਾ ਤਲੇ ਹੈ ਸੋ ਸਤਗੁਰ ਸੱਚੇ ਪਾਸ਼ਾ ਜੀ ਕਿਰਪਾ ਕਰ ਰਹੇ ਹਨ ਕਿ ਜੋ ਲੜੀਵਾਰ ਆਪਾਂ ਸਰਵਣ ਕਰਦੇ ਆ ਰਹੇ ਹਾਂ ਉਸ ਅਕਾਲ ਪੁਰਖ ਨੂੰ ਸੰਬੋਧਨ ਹੁੰਦਿਆਂ ਹੋਇਆਂ ਉਸ ਦੀ ਮਹਿਮਾ ਕਰਦਿਆਂ ਉਸ ਦੇ ਰੂਪਾਂ ਦਾ ਬਖਿਆਨ ਕਰਦਿਆਂ ਹੋਇਆਂ ਸਤਗੁਰੂ ਜੀ ਵਰਣਨ ਕਰ ਰਹੇ ਹਨ ਜਿਤੇ ਔਲੀਆ ਅੰਬੀਆ ਹੋਏ ਬੀਤੇ ਤ੍ਰੇ ਤ੍ਰਿਓ ਕਾਲ ਜੀਤਾ ਨਾ ਤੇ ਕਾਲੇ ਜੀਤੇ ਕਿ ਜਿੰਨੇ ਵੀ ਧਰਮਾਂ ਦੇ ਆਗੂ ਹੋਏ ਨੇ ਭਾਵੇਂ ਔਲੀਏ ਨੇ ਭਾਵੇਂ ਅਵਤਾਰ ਨੇ ਭਾਵੇਂ ਅੰਬੀਏ ਨੇ ਜਿਨ੍ਹਾਂ ਨੂੰ ਵੱਖੋ ਵੱਖਰੇ ਨਾਮਾਂ ਦੇ ਨਾਲ ਜਾਣਿਆ ਜਾਂਦਾ ਹੈ ਕਾਲ ਨੇ ਉਹਨਾਂ ਸਭ ਨੂੰ ਜਿੱਤ ਲਿਆ ਹੈ ਕਾਲ ਤੋਂ ਭਾਵ ਮੌਤ ਨੇ ਉਹਨਾਂ ਸਭ ਨੂੰ ਜਿੱਤ ਲਿਆ ਹੈ ਮੌਤ ਦੇ ਉੱਪਰ ਉਹ ਜਿੱਤ ਪ੍ਰਾਪਤ ਨਹੀਂ ਕਰ ਸਕੇ ਕਿਸੇ ਵੀ ਧਰਮ ਦੇ ਕੋਈ ਵੀ ਪੈਗੰਬਰ ਕਿਉਂ ਨਾ ਹੋਣ ਵੱਡੇ ਵੱਡੇ ਔਲੀਏ ਅਵਤਾਰ ਕਿਉਂ ਨਾ ਹੋਣ ਪ੍ਰਕਾਲ ਜੋ ਸਮੇਂ ਦਾ ਚੱਕਰ ਹੈ ਸਰੀਰਕ ਰੂਪ ਦੇ ਵਿੱਚ ਜਦੋਂ ਉਹ ਵਿਚਰੇ ਨੇ ਤੇ ਇਸ ਸਰੀਰ ਨੂੰ ਛੱਡ ਕਰਕੇ ਜਦੋਂ ਕਾਲ ਦੇ ਅਧੀਨ ਹੋ ਕਰਕੇ ਮ੍ਰਿਤਿ ਉਹਦੇ ਅਧੀਨ ਹੋਏ ਨਹੀਂ ਤੇ ਕਾਲ ਉਹਨਾਂ ਦੇ ਉੱਪਰ ਭਾਰੀ ਪੈ ਗਿਆ ਕਾਲ ਉਹਨਾਂ ਨੂੰ ਉਹ ਨਿਗਲ ਗਿਆ ਹੈ ਮੌਤ ਉਹਨਾਂ ਨੂੰ ਜਿਹੜੀ ਆਪਣੇ ਪੰਜੇ ਦੇ ਵਿੱਚ ਲੈ ਗਈ ਹੈ ਪਰ ਉਹ ਕਾਲ ਦੇ ਉੱਪਰ ਉਹ ਜਿੱਤ ਪ੍ਰਾਪਤ ਨਹੀਂ ਕਰ ਸਕੇ ਹਨ ਜਿਤੇ ਰਾਮ ਸੇ ਕ੍ਰਿਸ਼ਨ ਹੋਏ ਵਿਸ਼ਨ ਆਏ ਤੇ ਤ੍ਰਿਓ ਕਾਲ ਖਾਪਿਓ ਨਾ ਤੇ ਕਾਲ ਘਾਏ ਭਾਵੇਂ ਉਹ ਸਤਜੁਗ ਦੇ ਵਿੱਚ ਰਾਮ ਦੀ ਗੱਲ ਹੋਵੇ ਕ੍ਰਿਸ਼ਨ ਦੀ ਗੱਲ ਹੋਵੇ ਵਿਸ਼ਨ ਵਿਸ਼ਨੂ ਦੀ ਗੱਲ ਹੋਵੇ ਦੂਸਰੇ ਧਾਰਮਿਕ ਗ੍ਰੰਥਾਂ ਦੇ ਅੰਦਰ ਜੋ ਇਹਨਾਂ ਦਾ ਜ਼ਿਕਰ ਮਿਲਦਾ ਹੈ ਕਿ ਸਮੇਂ ਦੇ ਅਵਤਾਰ ਹੋਏ ਨੇ ਤੇ ਸਤਿਗੁਰੂ ਜੀ ਇੱਥੇ ਕਿਰਪਾ ਕਰ ਰਹੇ ਨੇ ਕਿ ਰਾਮ ਵਰਗੇ, ਕ੍ਰਿਸ਼ਨ ਵਰਗੇ, ਵਿਸ਼ਨ ਵਰਗੇ अनेका ਹੀ ਉਸ ਅਕਾਲ ਪੁਰਖ ਨੇ ਪੈਦਾ ਕੀਤੇ ਹਨ। ਸੋ ਇੱਥੇ ਕਿਸੇ ਦੇ ਧਰਮ ਦੀ ਨਿੰਦਿਆ ਕਰਕੇ ਜਾਂ ਉਹਨਾਂ ਨੂੰ ਨੀਵਾ ਨਹੀਂ ਸਤਿਗੁਰੂ ਜੀ ਬਖਾਰ ਰਹੇ। ਉਹ ਸਾਨੂੰ ਸਮਝਾ ਰਹੇ ਨੇ ਕਿ अनेका ਹੀ ਰਾਮ ਉਸ ਪ੍ਰਮਾਤਮਾ ਨੇ ਪੈਦਾ ਕੀਤੇ ਨੇ। अनेका ਹੀ ਕ੍ਰਿਸ਼ਨ ਉਸ ਨੇ ਪੈਦਾ ਕੀਤੇ ਨੇ। अनेका ਹੀ ਵਿਸ਼ਨੂੰ ਉਸ ਨੇ ਪੈਦਾ ਕੀਤੇ ਨੇ ਕਿਉਂਕਿ ਸਭ ਨੂੰ ਪੈਦਾ ਕਰਨ ਵਾਲਾ ਤੇ ਸਭ ਨੂੰ ਖਤਮ ਕਰਨ ਵਾਲਾ ਕਾਲ ਦਾ ਵੀ ਮਹਾਕਾਲ ਸਰੂਪ। ਉਹ ਕਾਲਪੁਰਖ ਨਿਰੰਕਾਰ ਸਵਾਮੀ ਆਪ ਹੈ ਜਿਹੜਾ ਸਮੇ ਸਮੇ ਦੇ ਉੱਪਰ ਧਰਤੀ ਦੇ ਉਧਾਰ ਵਾਸਤੇ ਇਹਨਾਂ ਅਵਤਾਰਾਂ ਨੂੰ ਜਨਮ ਦਿੰਦਾ ਹੈ ਤੇ ਜਦੋਂ ਇਹਨਾਂ ਦਾ ਕਾਰਜ ਪੂਰਾ ਹੋ ਜਾਂਦਾ ਹੈ ਤੇ ਫਿਰ ਉਹਨਾਂ ਦਾ ਸਮਾਂ ਉਹ ਸਮਾਪਤ ਕਰ ਦਿੰਦਾ ਹੈ ਭਾਵ ਉਹਨਾਂ ਨੂੰ ਭੇਜਣ ਵਾਲਾ ਤੇ ਸਮੇ ਤੋਂ ਬਾਅਦ ਵਾਪਸ ਬੁਲਾ ਲੈਣ ਵਾਲਾ ਜਿਹੜਾ ਮਹਾਕਾਲ ਸਰੂਪ ਪ੍ਰਮਾਤਮਾ ਹੈ ਉਹਦੀ ਗੱਲ ਸਤਿਗੁਰੂ ਜੀ ਕਰ ਰਹੇ ਹਨ ਜਿਤੇ ਰਾਮ ਸੇ ਕ੍ਰਿਸ਼ਨ ਹੋਏ ਬਿਸਨ ਆਏ ਕਿੰਨੇ ਹੀ ਰਾਮ ਕਿੰਨੇ ਹੀ ਕ੍ਰਿਸ਼ਨ ਅਤੇ ਕਿੰਨੇ ਹੀ ਵਿਸ਼ਨੂੰ ਦੇ ਅਵਤਾਰ ਉਹ ਇਸ ਧਰਤੀ ਤੇ ਆਏ ਤ੍ਰਿਥਿਓ ਕਾਲ ਖਾਪਿਓ ਨਾ ਤੇ ਕਾਲ ਘਾਏ ਪਰ ਉਹ ਕਾਲ ਤੋਂ ਬਚ ਨਹੀਂ ਸਕੇ ਕਾਲ ਉਹਨਾਂ ਦੇ ਉੱਪਰ ਭਾਰੀ ਪੈ ਗਿਆ ਤੇ ਸਮਾਂ ਆਉਣ ਦੇ ਉੱਪਰ ਉਹਨਾਂ ਨੂੰ ਵੀ ਇਹ ਜਹਾਨ ਛੱਡ ਕੇ ਉਹ ਜਾਣਾ ਪਿਆ ਇਹ ਕਾਲ ਦੇ ਵਸ ਹੋ ਕਰਕੇ ਜਿਤੇ ਇੰਦਰ ਸੇ ਚੰਦਰ ਸੇ ਹੋਤ ਆਏ ਤ੍ਰਿਥਿਓ ਕਾਲ ਖਾਪਾ ਨਾ ਤੇ ਕਾਲ ਘਾਏ ਤੇ ਭਾਵੇਂ ਇੰਦਰ ਵਰਗੇ ਹੋਣ ਚੰਦਰ ਵਰਗੇ ਹੋਣ ਜਿੰਨੇ ਵੀ ਉਸ ਸਮੇਂ ਦੇ ਅਨੁਸਾਰ ਪ੍ਰਮਾਤਮਾ ਨੇ ਜਿਨ੍ਹਾਂ ਨੂੰ ਪੈਦਾ ਕੀਤਾ अनेका ਹੀ ਇੰਦਰ अनेका ਹੀ ਸੂਰਜ अनेका ਹੀ ਚੰਦਰ ਸਭ ਨੂੰ ਪੈਦਾ ਕੀਤਾ ਤੇ ਤੇ ਉਹ ਕਾਲ ਖਾਪਾ ਨਾ ਤੇ ਕਾਲ ਘਾਏ ਤੇ ਜਿਹੜਾ ਕਾਲ ਉਹਨਾਂ ਨੂੰ ਖਪਾ ਗਿਆ ਉਹਨਾਂ ਨੂੰ ਖਤਮ ਕਰ ਗਿਆ ਪਰ ਉਹ ਕਾਲ ਤੋਂ ਬਾਹਰ ਨਹੀਂ ਹੋ ਸਕੇ ਕਿਉਂ ਕਿਉਂਕਿ ਸਭ ਉਹ ਪ੍ਰਮਾਤਮਾ ਦੇ ਹੁਕਮ ਸ਼ਬਦ ਦੇ ਭਾਣੇ ਦੇ ਅੰਦਰ ਹੋ ਰਿਹਾ ਹੈ ਜਿਹੜਾ ਪੈਦਾ ਕਰਦਾ ਹੈ ਉਸ ਨੂੰ ਖਤਮ ਵੀ ਕਰਦਾ ਹੈ ਸੋ ਪੈਦਾ ਕਰਨ ਵਾਲਾ ਤੇ ਖਤਮ ਕਰਨ ਵਾਲਾ ਉਹ ਨਿਰੰਕਾਰ ਜਿਸ ਨੇ ਸਮੇ ਸਮੇ ਦੇ ਉੱਪਰ ਦੇਵਤਿਆਂ ਨੂੰ ਰਾਖਸ਼ਾਂ ਨੂੰ ਦੈਨਤਾਂ ਨੂੰ ਮਨੁੱਖਾਂ ਨੂੰ ਪੰਛੀਆਂ ਨੂੰ ਪਸ਼ੂਆਂ ਨੂੰ ਸਭ ਨੂੰ ਪੈਦਾ ਕੀਤਾ ਹੈ ਤੇ ਜਦੋਂ ਸਮਾ ਸੰਗਤ ਜੀ ਹੋ ਜਾਂਦਾ ਹੈ ਫਿਰ ਸਬਦਾ ਉਹ ਸਭ ਨੂੰ ਹਰ ਲੈਂਦਾ ਹੈ ਸਭ ਨੂੰ ਲੈ ਜਾਂਦਾ ਹੈ ਸੋ ਕਹਿਣ ਤੋਂ ਭਾਵ ਕਿ ਕਿੱਡਾ ਵੀ ਕੋਈ ਮਹਾਬਲੀ ਕਿਉਂ ਨਾ ਹੋਇਆ ਹੋਵੇ ਕਿੱਡੇ ਵੀ ਅਵਤਾਰ ਇੱਥੇ ਕਿਉਂ ਨਾ ਆਏ ਹੋਣ ਸਭ ਉਹਦੇ ਹੁਕਮ ਚ ਆਏ ਨੇ ਤੇ ਉਹਦੇ ਹੁਕਮ ਦੇ ਵਿੱਚ ਹੀ ਉਹਨਾਂ ਨੂੰ ਜਾਣਾ ਪਿਆ ਹੈ ਸੋ ਉਹਨਾਂ ਅਵਤਾਰਾਂ ਨੂੰ ਰੱਬ ਮੰਨ ਕਰਕੇ ਉਹਨਾਂ ਦੀ ਪੂਜਾ ਛੱਡ ਕਰਕੇ ਉਸ ਨਿਰੰਕਾਰ ਉਸ ਮਹਾਕਾਲ ਸਰੂਪ ਪਰਮਾਤਮਾ ਦੇ ਲੜ ਲੱਗ ਜਿਹਦੇ ਕੋਲ ਇੰਨੀ ਕਿ ਤਾਕਤ ਇੰਨਾ ਕੋ ਬਲ ਹੈ ਜਿਹੜਾ ਸਭ ਨੂੰ ਪੈਦਾ ਕਰਦਾ ਹੈ ਤੇ ਸਭ ਨੂੰ ਖਤਮ ਕਰਨ ਦੀ ਤਾਕਤ ਵੀ ਆਪਣੇ ਹੱਥ ਉਹ ਪਰਮਾਤਮਾ ਰੱਖਦਾ ਹੈ ਜਿਤੇ ਆউলਿਆ ਅੰਬਿਆ ਗੌਸ ਹੋਏ ਹੈ ਸਬਹ ਕਾਲ ਕੇ ਅੰਤ ਦਾੜਾ ਤਲੇ ਹੈ ਜਿੰਨੇ ਵੀ ਔਲੀਏ ਅੰਬੀਏ ਹੋਏ ਹਨ ਭਾਵੇਂ ਉਹ ਗੌਂਸ ਨੇ ਗੰਧਰਬ ਨੇ ਕਤਬ ਨੇ ਅਨੇਕਾਂ ਦਾ ਜ਼ਿਕਰ ਮਿਲਦਾ ਹੈ ਅੱਗੇ ਚੱਲ ਕੇ ਵੀ ਸਤਿਗੁਰੂ ਜੀ ਜ਼ਿਕਰ ਕਰਨਗੇ ਇਹ ਸਾਰੇ ਦੇ ਸਾਰੇ ਕਾਲ ਦੀਆਂ ਦਾੜਾਂ ਦੇ ਵਿੱਚ ਪੀਸੇ ਗਏ ਭਾਵ ਮੌਤ ਦੇ ਛਕੰਜੇ ਦੇ ਵਿੱਚ ਜਕੜੇ ਗਏ ਉਸ ਤੋਂ ਬਾਅਦ ਉਹ ਨਹੀਂ ਹੋ ਸਕੇ ਸਬਹ ਕਾਲ ਕੇ ਅੰਤ ਦਾੜਾ ਤਲੇ ਹੈ ਕਿ ਅੰਤ ਸਮੇਂ ਦੇ ਅੰਦਰ ਉਸ ਕਾਲ ਨੂੰ ਜਿਹੜਾ ਇਹ ਜਿੱਤ ਨਹੀਂ ਸਕੇ ਉਸ ਕਾਲ ਨੂੰ ਜਿਹੜਾ ਹੈ ਖਤਮ ਨਹੀਂ ਕਰ ਸਕੇ ਪਰ ਉਸ ਕਾਲ ਨੇ ਮੌਤ ਰੂਪੀ ਕਾਲ ਨੇ ਇਹਨਾਂ ਨੂੰ ਖਤਮ ਕਰ ਦਿੱਤਾ ਇਹਨਾਂ ਦਾ ਸਮਾਂ ਸਮਾਪਤ ਹੋ ਗਿਆ ਤੇ ਇਹਨਾਂ ਨੂੰ ਉਹ ਲੈ ਗਿਆ ਤੇ ਸਾੜੇ ਜਿਵੇਂ ਦਾੜਾ ਤਲੇ ਹੈ ਜਿਵੇਂ ਕੋਈ ਪ੍ਰਸ਼ਾਦਾ ਆਪਾਂ ਸੰਕ ਛੱਕਦੇ ਆ ਨਾ ਸੰਗਤ ਜੀ ਸੋ ਦਾੜਾ ਮੁਖ ਦੇ ਵਿੱਚ ਲਗੀਆਂ ਹੋਈਆਂ ਨੇ ਦੰਦ ਤੇ ਦਾੜਾਂ ਪ੍ਰਮਾਤਮਾ ਨੇ ਦਿੱਤੇ ਨੇ ਤੇ ਜਿਵੇਂ ਪ੍ਰਸ਼ਾਦਾ ਸ਼ਕੀ ਦਾਇਬ ਰੋਟੀ ਦੀ ਬੁਰਕੀ ਮੂੰਹ ਚ ਪਾਈਦੀ ਹੈ ਤੇ ਦਾੜਾਂ ਦੇ ਥੱਲੇ ਜਾ ਕੇ ਉਹ ਚਿੱਥੀ ਜਾਂਦੀ ਹੈ ਭਾਵ ਉਸ ਰੋਟੀ ਦੀ ਤਾਕਤ ਉਸ ਦਾ ਸਰੂਪ ਬਦਲ ਕੇ ਬਿਲਕੁਲ ਉਹਨੂੰ ਮੱਧ ਦਿੱਤਾ ਜਾਂਦਾ ਹੈ ਬਿਲਕੁਲ ਉਸਨੂੰ ਚਿੱਥ ਦਿੱਤਾ ਜਾਂਦਾ ਹੈ ਭਾਵ ਉਹਦੀ ਹੋਣ ਦੀ ਖਤਮ ਕਰ ਦਿੱਤੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਉਦਾਹਰਨ ਮਾਤੀ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਕਾਲ ਦੀਆਂ ਦਾੜਾਂ ਦੇ ਤਲੇ ਜਿਹੜੇ ਆਏ ਨੇ ਕਾਲ ਦੀਆਂ ਦਾੜਾਂ ਤੋਂ ਬਚ ਨਹੀਂ ਸਕੇ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਕਿਸੇ ਨੇ ਚਿੱਥ ਲਿਆ ਹੈ ਜਾ ਜਿਵੇਂ ਪ੍ਰਸ਼ਾਦਾ ਛਕਦਿਆਂ ਆਪਾਂ ਬੁਰਕੀ ਚਿੱਥ ਲਈ ਦੀ ਇਸ ਤਰ੍ਹਾਂ ਜਿੱਥੇ ਗਏ ਨੇ ਉਹ ਸਮਝਾਉਣ ਮਾਤਰ ਸਤਿਗੁਰ ਨੇ ਦੱਸਿਆ ਹੈ ਕਿ ਇਵੇਂ ਜਿੱਥੇ ਗਏ ਮੱਧੇ ਗਏ ਖਤਮ ਕਰ ਦਿੱਤੇ ਗਏ ਉਸ ਕਾਲ ਰੂਪੀ ਮੌਤ ਦੇ ਘੇਰੇ ਦੇ ਅੰਦਰ ਪਰ ਉਹਨੂੰ ਜਿੱਤ ਨਹੀਂ ਸਕੇ ਇਹ ਜਿੰਨੇ ਵੀ ਸਮੇਂ ਸਮੇ ਦੇ ਨਾਲ ਪੈਦਾ ਹੋਏ ਹਨ ਜਿਤੇ ਮਾਨੁ ਦਾਤੇ ਰਾਜਾ ਸੁਹਾਏ ਸਵੇ ਬਾਦ ਕਹ ਕਾਲ ਜੈਲੇ ਚਲਾਏ ਜਿਨੇ ਨਾਮਤਾ ਕੋ ਉਚਾਰੋ ਉਬਾਰੇ ਬਿਨਾ ਸਾਮਤਾ ਕੀ ਲਖੇ ਕੋਟ ਮਾਰੇ ਤੇ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਜਿਤੇ ਮਾਨ ਦਾਤੇ ਰਾਜਾ ਸੁਹਾਏ ਸਵੇ ਬਾਦ ਕਹਿ ਕਾਲ ਜੇਲੇ ਜਲਾਏ ਕਿ ਜਿੰਨੇ ਵੀ ਮਾਨ ਦਾਤਾ ਵਰਗੇ ਸੰਭਵਸ਼ਾਲੀ ਰਾਜੇ ਹੋਏ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਨੇ ਸਭ ਨੂੰ ਕਾਲ ਨੇ ਬਨ ਕੇ ਆਪਣੇ ਅਧੀਨ ਚਲਾ ਲਿਆ ਹੈ ਭਾਵ ਕਿ ਕਾਲ ਦੇ ਹੁਕਮ ਦੇ ਅੰਦਰ ਰਹੇ ਨੇ ਕਾਲ ਤੋਂ ਬਾਹਰ ਨਹੀਂ ਜਾ ਸਕੇ ਕਾਲ ਨੂੰ ਜਿੱਤ ਨਹੀਂ ਸਕੇ ਮੌਤ ਤੋਂ ਬਾਹਰੇ ਨਹੀਂ ਹੋ ਸਕੇ ਸੋ ਕਹਿਣ ਤੋਂ ਭਾਵ ਹੈ ਕਿ ਮੌਤ ਨੇ ਇਹਨਾਂ ਨੂੰ ਆਪਣੇ ਘੇਰੇ 'ਚ ਬੰਨ ਰੱਖਿਆ ਹੈ ਤੇ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ ਜਿਨੇ ਨਾਮ ਤਾਕੋ ਉਚਾਰੋ ਉਬਾਰੇ ਬਿਨਾ ਸਾਮ ਤਾਕੀ ਲਖੇ ਕੋਟ ਮਾਰੇ ਤੇ 사ਤਗੁਰੂ ਜੀ ਅੱਗੇ ਮਿਹਰ ਕਰ ਰਹੇ ਨੇ ਕਿ ਜਿਨ੍ਹਾਂ ਨੇ ਤੇਰੇ ਨਾਮ ਨੂੰ ਜਪਿਆ ਹੈ ਜਿਨ੍ਹਾਂ ਨੇ ਤੈਨੂੰ ਧਿਆਇਆ ਹੈ ਜਿਨ੍ਹਾਂ ਨੇ ਉਚਾਰਨ ਕੀਤਾ ਹੈ ਜਿਨ੍ਹਾਂ ਨੇ ਜਪ ਲਿਆ ਹੈ ਜਿਨ੍ਹਾਂ ਨੇ ਧਿਆ ਲਿਆ ਹੈ ਉਹਨਾਂ ਦਾ ਉਧਾਰ ਹੋ ਗਿਆ ਉਹ ਪਾਰ ਹੋ ਗਏ ਨੇ ਕਿਸ ਨੂੰ ਉਸ ਮਹਾਕਾਲ ਸਰੂਪ ਪ੍ਰਮਾਤਮਾ ਨੂੰ ਤੇ ਇਸੇ ਤਰ੍ਹਾਂ ਜਿਹੜਾ ਉਸ ਕਾਲ ਪ੍ਰਮਾਤਮਾ ਮਹਾਕਾਲ ਦੀ ਸ਼ਰਨ ਦੇ ਵਿੱਚ ਆ ਗਿਆ ਉਹ ਕਰੋੜਾਂ ਦੇ ਕਰੋੜਾਂ ਜਿਹੜੇ ਖਤਮ ਹੋ ਗਏ ਜਿਹੜੇ ਨਾਸ਼ ਹੋ ਗਏ ਜਿਹੜੇ ਵਿਨਾਸ਼ ਹੋ ਗਏ ਉਸ ਕਾਲ ਦੀ ਸ਼ਰਨ ਦੇ ਵਿੱਚ ਪਾ ਕੇ ਪਰ ਉਸ ਕਾਲ ਨੂੰ ਛੱਡ ਕੇ ਜੇਕਰ ਮਹਾਕਾਲ ਦੀ ਆਰਾਧਨਾ ਕਰ ਲੈਂਦੇ ਉਸ ਮਹਾਕਾਲ ਪ੍ਰਮਾਤਮਾ ਸਰੂਪ ਵਾਹਿਗੁਰੂ ਨਿਰੰਕਾਰ ਨੂੰ ਧਿਆ ਲੈਂਦੇ ਤੇ ਸ਼ਾਇਦ ਉਹ ਪ੍ਰਮਾਤਮਾ ਇਹਨਾਂ ਨੂੰ ਇਸ ਕਾਲ ਦੇ ਜਬੜੇ ਚੋਂ ਉਹ ਬਚਾ ਸਕਦਾ ਸੀ ਤੇ ਸਤਿਗੁਰੂ ਜੀ ਇੱਥੇ ਸਮਝਾਉਣਾ ਕਰ ਰਹੇ ਹਨ ਸੰਗਤ ਜੀ ਕਿ ਜਿਹੜੇ ਉਸ ਨਿਰੰਕਾਰ ਨੂੰ ਉਸ ਵਾਹਿਗੁਰੂ ਨੂੰ ਉਸ ਪਿਤਾ ਪ੍ਰਮਾਤਮਾ ਨੂੰ ਜੋ ਸਭ ਦਾ ਪਾਲਕ ਹੈ ਸਭ ਦਾ ਰਿਜ਼ਕ ਦਾਤਾ ਹੈ ਸਬ ਦਾ ਰਖਿਆਕ ਹੈ ਸਬ ਦਾ ਸੁਆਮੀ ਹੈ ਭਾਵੇਂ ਚੰਦ ਹੈ ਭਾਵੇਂ ਸੂਰਜ ਹੈ ਭਾਵੇਂ ਆਕਾਸ਼ ਹੈ ਭਾਵੇਂ ਧਰਤੀ ਹੈ ਮਨੁੱਖ ਨੇ ਪੰਛੀ ਨੇ ਜੀਵ ਜੰਤੂ ਨੇ ਜਲ ਪਾਣੀ ਅਗਨੀ ਪਾਤਾਲ ਆਕਾਸ਼ ਸਭ ਕੁਝ ਉਹ ਸਬ ਦਾ ਸਿਰਜਣਹਾਰ ਜਿਹਦੇ ਕੋਲ ਇੰਨੀ ਕੁ ਤਾਕਤ ਇੰਨੀ ਕੁ ਬਲ ਹੈ ਕਿ ਜਿਨੇ ਸਭ ਨੂੰ ਬਣਾਇਆ ਹੈ ਤੇ ਸਮੇਂ ਸਮੇਂ ਅੰਦਰ ਸਬ ਦਾ ਖਾਤਮਾ ਵੀ ਕਰ ਦਿੰਦਾ ਜੋ ਉਹਦੇ ਹੁਕਮ ਦੇ ਅੰਦਰ ਹੁੰਦਾ ਹੈ ਜੋ ਆਇਆ ਉਹ ਚੱਲ ਸੀ ਸਭ ਕੋਈ ਆਈ ਬਾਰੀ ਹੈ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ ਜਿਹੜੀ ਚੀਜ਼ ਉਪਜੀ ਹੈ ਉਸਨੇ ਬਿਨਸਣਾ ਹੈ ਉਸਨੇ ਖਤਮ ਵੀ ਹੋਣਾ ਹੈ ਕਿਉਂ ਕਿਉਂਕਿ ਉਹ ਕਾਲ ਪ੍ਰਮਾਤਮਾ ਸਰੂਪ ਉਹਨੇ ਤਾਕਤ ਬਲ ਆਪਣੇ ਹੱਥ ਦੇ ਵਿੱਚ ਰੱਖਿਆ ਹੈ ਤੇ ਸਤਿਗੁਰੂ ਜੀ ਫਿਰ ਇੱਥੇ ਇਸ਼ਾਰਾ ਕਰਦੇ ਨੇ ਕਿ ਇਹਨਾਂ ਤਾਕਤਾਂ ਨੂੰ ਜਾਂ ਇਹਨਾਂ ਤਾਕਤਾਂ ਨੂੰ ਹਾਸਲ ਕਰਨ ਵਾਲੇ ਮਨੁੱਖਾਂ ਨੂੰ ਰੱਬ ਮੰਨ ਕੇ ਉਹਨਾਂ ਦੀ ਪੂਜਾ ਕਰਨ ਦੀ ਥਾਂ ਉਸ ਵਾਹਿਗੁਰੂ ਉਸ ਨਿਰੰਕਾਰ ਉਸ ਪ੍ਰਮਾਤਮਾ ਦੇ ਲੜ ਲੱਗ ਜਿਨੇ ਸਭ ਨੂੰ ਪੈਦਾ ਕੀਤਾ ਹੈ ਤੇ ਹੁਣ ਸੰਗਤ ਜੀ ਫਿਰ ਇੱਥੇ ਸਵਾਲ ਇਹ ਵੀ ਪੈਦਾ ਹੋ ਜਾਂਦਾ ਹੈ ਜੀ ਇੱਥੇ ਕ੍ਰਿਸ਼ਨ ਦਾ ਨਾਮ ਆ ਗਿਆ ਹੈ ਇੱਥੇ ਵਿਸ਼ਨੂੰ ਦਾ ਨਾਮ ਆ ਗਿਆ ਹੈ ਤੇ ਇੱਥੇ ਹੋਰ ਆਦਿ ਰਾਮ ਦਾ ਨਾਮ ਆ ਗਿਆ ਹੈ ਤੇ ਇਹਦਾ ਮਤਲਬ ਕਿ ਇਹ ਦੂਸਰੇ ਧਾਰਮਿਕ ਗ੍ਰੰਥਾਂ ਦਾ ਜਿਹੜਾ ਹੈ ਉਹਦੇ ਚੋਂ ਨਕਲ ਹੈ ਜਾਂ ਉਹਦੇ ਚੋਂ ਉਤਾਰਾ ਹੈ ਪਰ ਇੱਕ ਚੀਜ਼ ਆਪ ਸੰਗਤ ਨੂੰ ਜ਼ਰੂਰ ਇਹ ਸਮਝਣੀ ਪਵੇਗੀ ਸੰਗਤ ਜੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਿਆਲਤਾ ਤੇ ਕਿਰਪਾਲਤਾ ਦੇਖੋ ਹਰ ਕੋਈ ਆਪੋ ਆਪਣੀ ਧਰਮ ਦੀ ਗੱਲ ਕਰਦਾ ਹੈ ਆਪੋ ਆਪਣੇ ਧਰਮ ਨੂੰ ਉੱਚਾ ਚੁੱਕਣ ਦੀ ਗੱਲ ਕਰਦਾ ਹੈ ਪਰ ਮੇਰੇ ਸਤਿਗੁਰੂ ਨਿਰੰਕਾਰ ਨੇ ਕਿਰਪਾ ਕੀਤੀ ਕਿ ਦੂਜੇ ਧਾਰਮਿਕ ਗ੍ਰੰਥਾਂ ਦੇ ਅੰਦਰ ਜਿਹੜੀਆਂ ਕੁਰੀਤੀਆਂ ਸਨ ਜਾਂ ਜਿਹੜਾ ਕੁਰਾਹੇ ਪਾਇਆ ਜਾਂਦਾ ਸੀ ਉਹਨਾਂ ਨੂੰ ਵੀ ਅੱਗੇ ਰੱਖ ਕੇ ਸਪਸ਼ਟ ਕਰ ਦਿੰਦਾ ਹੈ ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਮੇਰੇ ਸਤਿਗੁਰੂ ਨੇ ਕਿਤੇ ਨਹੀਂ ਕਿਹਾ ਕਿ ਭਾਈ ਇਹ ਕੇਵਲ ਸਿੱਖਾਂ ਵਾਸਤੇ ਹੀ ਹੈ ਜਾਂ ਗੁਰੂ ਦੇ ਖਾਲਸੇ ਵਾਸਤੇ ਉਪਦੇਸ਼ ਹੈ ਨਹੀਂ ਉਪਦੇਸ਼ ਚੌ ਵਰਨਾ ਕੋ ਸਾਂਝਾ ਭਾਵੇਂ ਕੋਈ ਹਿੰਦੂ ਪੜੇ ਭਾਵੇਂ ਕੋਈ ਮੁਸਲਮਾਨ ਪੜੇ ਭਾਵੇਂ ਕੋਈ ਸਿੱਖ ਭਾਵੇਂ ਕੋਈ ਖੱਤਰੀ ਸ਼ੂਦ ਵੈਸ਼ ਜਿਹੜਾ ਮਰਜੀ ਪੜੇ ਸਭ ਦੇ ਵਾਸਤੇ ਉਪਦੇਸ਼ ਹੈ ਤੇ ਜੇਕਰ ਉਹ ਉਪਦੇਸ਼ ਸੰਗਤ ਜੀ ਸਾਰਿਆਂ ਦੇ ਵਾਸਤੇ ਹੈ ਤੇ ਫਿਰ ਸਾਰਿਆਂ ਦੀਆਂ માનਤਾਵਾਂ ਸਾਰਿਆਂ ਦੀਆਂ ਰੀਤਾਂ ਤੇ ਸਾਰਿਆਂ ਦੇ ਜਿਹੜੇ ਧਾਰਮਿਕ ਆਦਾਰੇ ਹਨ ਉਹਨਾਂ ਨੂੰ ਵਿੱਚ ਲੈ ਕੇ ਸਤਿਗੁਰੂ ਜੀ ਗੱਲ ਕਰਨਗੇ ਨਾ ਜੇਕਰ ਆਪਾਂ ਕਿਸੇ ਦੂਜੇ ਧਰਮ ਦੇ ਵਿਅਕਤੀ ਨੂੰ ਸਮਝਾਉਣਾ ਹੋਵੇ ਤੇ ਸਾਨੂੰ ਉਹਦੇ ਧਰਮ ਦਾ ਪਹਿਲਾਂ ਗਿਆਨ ਹੋਵੇਗਾ ਤੇ ਤਾਦੀ ਅਸੀਂ ਉਹਨੂੰ ਦੱਸਾਂਗੇ ਨਾ ਕਿ ਭਾਈ ਆਹ ਜਿਹੜੀ ਰੀਤ ਤੂੰ ਕਰਦਾ ਹੈ ਤੇਰੇ ਧਰਮ ਮੁਤਾਬਕ ਇਹ ਹੈ ਪਰ ਇਹਦਾ ਅਸਲ ਮਤਲਬ ਤੇ ਆ ਨਿਕਲਦਾ ਹੈ ਤੇ ਉਹ ਅਸੀਂ ਤਾਦੀ ਸਮਝਾ ਸਕਾਂਗੇ ਜੇਕਰ ਸਾਨੂੰ ਉਹਦੇ ਧਰਮ ਬਾਰੇ ਪਤਾ ਹੋਵੇ ਤੇ ਜੇ ਸਾਨੂੰ ਪਤਾ ਹੀ ਕੱਖ ਨਹੀਂ ਤੇ ਫਿਰ ਅਸੀਂ ਕਿਵੇਂ ਉਹਨੂੰ ਸਮਝਾਵਾਂਗੇ ਤੇ ਕਿਵੇਂ ਕਹਿ ਦਾਂਗੇ ਜੀ ਤੇਰਾ ਧਰਮ ਗਲਤ ਹੈ ਤੇ ਸਾਡਾ ਧਰਮ ਸਹੀ ਹੈ ਘੱਟ ਤੋਂ ਘੱਟ ਪਹਿਲਾਂ ਸਾਨੂੰ ਪਤਾ ਹੋਵੇ ਅਸੀਂ ਫੇਰ ਹੀ ਉਹਦੀ ਤੁਲਨਾ ਕਰ ਸਕਦੇ ਹਾਂ ਨਾ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਜਿੱਥੇ ਉਪਦੇਸ਼ ਸਭ ਦੇ ਵਾਸਤੇ ਰੱਖਿਆ ਹੈ ਤੇ ਫਿਰ ਸਭ ਦੇ ਧਾਰਮਿਕ ਰੀਤਾਂ ਨੂੰ ਧਾਰਮਿਕ ਗ੍ਰੰਥਾਂ ਨੂੰ ਸਭ ਨੂੰ ਸਤਗੁਰ ਨੇ ਨਿਚੋੜ ਕੱਢ ਕੇ ਦੱਸਿਆ ਹੈ ਕਿ ਭਾਈ ਇਹ ਜਿਹੜੇ ਕਾਰਜ ਹੋ ਰਹੇ ਹਨ ਉਹ ਪ੍ਰਮਾਤਮਾ ਉਹ ਵਾਹਿਗੁਰੂ ਨਿਰੰਕਾਰ ਤੋਂ ਬਾਹਰੇ ਨਹੀਂ ਤੇ ਉਸ ਪ੍ਰਮਾਤਮਾ ਦੇ ਲੜ ਲੱਗਣਾ ਹੈ ਜੋ ਪ੍ਰਮਾਤਮਾ ਹੁਣ ਜੇ ਆਪਾਂ ਦੇਖਿਆ ਜਾਵੇ ਇਤਿਹਾਸ ਸੰਗਤ ਜੀ ਪਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਵੀ ਸਤਗੁਰ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ 라ਵਣ ਦਾ ਜ਼ਿਕਰ ਆਉਂਦਾ ਹੈ ਤੇ ਹੁਣ ਅਸੀਂ ਕਹਿੰਦੇ ਆ ਜੀ ਇਹ ਇਤਿਹਾਸ ਹੈ ਇਹਦਾ ਕੋਈ ਪ੍ਰਮਾਣ ਨਹੀਂ ਮਿਲਦਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਾਵਣ ਦਾ ਜ਼ਿਕਰ ਕਰਦੇ ਨੇ ਨਾ ਦੇਵੀ ਦੈਂਤਿਆਂ ਦਾ ਵੀ ਗੱਲ ਕਰਦੇ ਨੇ ਸਤਿਗੁਰੂ ਜੀ ਜ਼ਿਕਰ ਕਰਦੇ ਨੇ ਵਿੱਚ ਦੱਸਦੇ ਨੇ ਸੋ ਇਸ ਤੋਂ ਭਾਵ ਕਿ ਕਿਤੇ ਨਾ ਕਿਤੇ ਸਮੇਂ ਅਨੁਸਾਰ ਜਿਹੜਾ ਇਹ ਧਰਤੀ ਦੇ ਉੱਪਰ ਇਹਨਾਂ ਦਾ ਆਗਮਨ ਹੋਇਆ ਹੈ ਕਿਤੇ ਆਏ ਹੋਣਗੇ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਪੂਜਾ ਕਰਨ ਵਾਸਤੇ ਨਹੀਂ ਕਿਹਾ ਉਹਨਾਂ ਨੂੰ ਮੰਨਣ ਵਾਸਤੇ ਉਹਨਾਂ ਨੂੰ ਰੱਬ ਨਹੀਂ ਬਣਾਇਆ ਸਤਿਗੁਰ ਜੀ ਇਹ ਸਮਝਾ ਰਹੇ ਨੇ ਕਿ ਭਾਈ ਜੇਕਰ ਉਹਨਾਂ ਦੇ ਕੋਲ ਇੰਨਾ ਬਲ ਸੀ ਜੇ ਉਹਨਾਂ ਦੇ ਕੋਲ ਇੰਨੀ ਤਾਕਤ ਸੀ ਉਹਨਾਂ ਨੂੰ ਬਣਾਉਣ ਵਾਲਾ ਕੌਣ ਸੀ ਹੁਣ ਬ੍ਰਹਮਾ ਦੀ ਗੱਲ ਕਰ ਲਓ ਵਿਸ਼ਨੂੰ ਦੀ ਗੱਲ ਕਰ ਲਓ ਮਹੇਸ਼ ਦੀ ਗੱਲ ਕਰ ਲਓ ਉਹਨਾਂ ਕੋਲ ਤਾਕਤ ਹੈ ਬਲ ਬਹੁਤ ਹੈ ਦੇਵਤੇ ਨੇ ਪਰ ਉਹਨਾਂ ਨੂੰ ਪੈਦਾ ਕਿਸ ਨੇ ਕੀਤਾ ਤੇ ਸਮਾਂ ਆਉਣ ਤੇ ਫਿਰ ਉਹ ਗਏ ਕਿੱਥੇ ਉਹਨਾਂ ਨੂੰ ਲੈ ਕੇ ਕੌਣ ਗਿਆ ਕਹਿਣ ਤੋਂ ਭਾਵ ਕਿ ਵਿਸ਼ਨੂੰ ਮਹੇਸ਼ ਨੂੰ ਇੰਨੀਆਂ ਤਾਕਤਾਂ ਦੇਣ ਵਾਲਾ ਉਹਨਾਂ ਦੇ ਉੱਪਰ ਵੀ ਕੋਈ ਬੈਠਾ ਹੈ ਨਾ ਤੇ ਸਮੇਂ ਅਨੁਸਾਰ ਉਹਨਾਂ ਨੂੰ ਲੈ ਕੇ ਜਾਣ ਵਾਲਾ ਵੀ ਕੋਈ ਬੈਠਾ ਹੈ ਸੋ ਪਰ ਜੇਕਰ ਸਾਡੀ ਸਮਝ 'ਚ ਇਹ ਗੱਲ ਆ ਜਾਵੇ ਕਿ ਕਿਉਂ ਨਾ ਅਸੀਂ ਉਹਨਾਂ ਤਾਕਤਾਂ ਨੂੰ ਵੰਡਣ ਵਾਲੇ ਨਿਰੰਕਾਰ ਦੇ ਨਾਲ ਲੜ ਲੱਗਣਾ ਹੈ ਨਾ ਕਿ ਉਹਦੇ ਤੋਂ ਤਾਕਤਾਂ ਤਾਕਤਾਂ ਹਾਸਲ ਕਰਕੇ ਆਪਣੇ ਆਪ ਨੂੰ ਰੱਬ ਖੋਣ ਵਾਲੇ ਵਲੀਆਂ ਅਵਤਾਰਾਂ ਦੇ ਪਿੱਛੇ ਲੱਗਣਾ ਹੈ। ਸੋ ਸਤਿਗੁਰੂ ਜੀ ਇੱਥੇ ਕਿਰਪਾ ਕਰ ਰਹੇ ਨੇ ਕਿ ਉਸ ਵਾਹਿਗੁਰੂ ਨਿਰੰਕਾਰ ਦੀ ਸਾਧਨਾ ਕਰ ਜਿਨੇ ਅਨੇਕਾਂ ਬਣਾਏ ਤੇ ਸਮੇਂ ਦੇ ਅੰਦਰ ਅਨੇਕਾਂ ਨੂੰ ਉਹ ਖਪਾ ਦਿੱਤਾ ਹੈ। ਤੁਹਾਏ ਪ੍ਰਸਾਦ ਰਸਾਬਲ ਛੰਦ ਚਮਕਾ ਕਿਰਪਾਨ ਅਭੂਤੰ ਭਿਆਨੰ ਤੁਣੰ ਨਿਰਵਿਆਨੰ ਕੁਰੰਗ ਕੁੰਗਰੁਆਣੰ ਚਤੁਰਵਾਹ ਚਾਰੰ ਨਿਜੂਟੇ ਸੁਧਾਰੰ ਗਦਾ ਪਾਸ ਸੋਹੰ ਜੰਮ ਮਾਨ ਮੋਹੰ ਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਉਸ ਦੇ ਸ਼ਸਤਰ ਉਸ ਦੀਆਂ ਕਿਰਪਾਨਾਂ ਉਹ ਚਮਕ ਰਹੀਆਂ ਹਨ ਲਿਸ਼ਕਾ ਮਾਰਦੀਆਂ ਹਨ ਜਿਵੇਂ ਕਿ ਚਮਕਾਰਾ ਪੈਂਦਾ ਹੈ ਤੇ ਇਉਂ ਲੱਗਦਾ ਜਿਵੇਂ ਹਜ਼ਾਰਾਂ ਘੁੰਗਰੂਆਂ ਦਾ ਝਾਂਜਰਾਂ ਦਾ ਛਣਕਾਟਾ ਪੈ ਰਿਹਾ ਹੋਵੇ ਆਵਾਜ਼ ਆ ਰਹੀ ਹੋਵੇ ਇਸ ਤਰ੍ਹਾਂ ਉਹਦੇ ਸ਼ਸਤਰ ਚਮਕ ਰਹੇ ਨੇ ਤੇ ਖੜਕ ਰਹੇ ਨੇ ਆਵਾਜ਼ ਪੈਦਾ ਹੁੰਦੀ ਤੋਂ ਨਹੀਂ ਉਤਪਨ ਹੁੰਦੀ ਹੈ ਉਸ ਦੀਆਂ अनेका ਭੁਜਾਵਾਂ ਚਾਰ ਭੁਜਾਵਾਂ ਤਕਰੀਬਨ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਕਿ ਉਹ ਸੋਭਦੀਆਂ ਹਨ अनेका ਭੁਜਾਵਾਂ ਉਸ ਦੀਆਂ ਸੋਭ ਰਹੀਆਂ ਹਨ ਤਸਿਰ ਉੱਪਰ ਸੁੰਦਰ ਨੀ ਜੂਟੰਗ ਸੁਧਾਰਨ ਕੇਸਾ ਧਾਰੀ ਹੈ ਜੂੜਾ ਕੀਤਾ ਹੋਇਆ ਹੈ ਸਿਰ ਦੇ ਉੱਪਰ ਗਦਾ ਪਾਸ ਸੋਹੰ ਜਮ ਮਾਨ ਮੋਹੰ ਤੇ ਹੱਥ ਦੇ ਵਿੱਚ ਗਦਾ ਫੜੀ ਹੋਈ ਹੈ ਭਾਵ ਗੁਰਜ ਫੜੀ ਹੋਈ ਹੈ ਜਮ ਮਾਨ ਮੋਹੰ ਤੇ ਜਮਾ ਨੂੰ ਮਾਰਨ ਵਾਲਾ ਜਮਾ ਦੇ ਮਨਾਂ ਨੂੰ ਮੋਹ ਲੈਣ ਵਾਲਾ ਉਹ ਪ੍ਰਮਾਤਮਾ ਉਹ ਵਾਹਿਗੁਰੂ ਤੇ ਹੁਣ ਜਦੋਂ ਇਸ ਰੂਪ ਦੀ ਵਿਆਖਿਆ ਕਰਾਂਗੇ ਤੇ ਅਸੀਂ ਕਾਂਗੇ ਜੀ ਇਹ ਤੇ ਦੇਵੀ ਦੀ ਗੱਲ ਹੋ ਗਈ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਦੇਵੀ ਦਾ ਕਿਤੇ ਨਾਂ ਨਹੀਂ ਲਿਆ ਤੇ ਨਾ ਦੇਵੀ ਦਾ ਜ਼ਿਕਰ ਕੀਤਾ ਹੈ ਪਰ ਸਮੇਂ ਅਨੁਸਾਰ ਦੈਂਤਾਂ ਨੂੰ ਮਾਰਨ ਵਾਸੇ ਜਿੱਤੇ ਦੇਵਤਿਆਂ ਨੇ ਜਨਮ ਲਿਆ ਉੱਥੇ ਦੇਵੀਆਂ ਨੂੰ ਵੀ ਪ੍ਰਮਾਤਮਾ ਨੇ ਪੈਦਾ ਕੀਤਾ ਇਹ ਤੇ ਗੱਲ ਸਾਨੂੰ ਮੰਨਣੀ ਪਵੇਗੀ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਦੇਵੀ ਦੀ ਕਿਸੇ ਦੇਵਤੇ ਦੀ ਉਪਮਾ ਨਹੀਂ ਕਰ ਰਹੇ ਉਹਨਾਂ ਨੂੰ ਬਣਾਉਣ ਵਾਲੇ ਉਸ ਨਿਰੰਕਾਰ ਦੀ ਗੱਲ ਕਰ ਰਹੇ ਹਨ ਕਿ ਜਿਹੜਾ ਸਮੇਂ-ਸਮੇਂ ਦੇ ਉੱਪਰ ਅਸ਼ਤਰ ਬਸ਼ਤਰ ਸ਼ਸਤਰ ਸਜਾ ਕੇ ਕਦੇ ਦੇਵੀ ਬਣ ਕੇ ਆ ਜਾਂਦਾ ਹੈ ਕਦੇ ਦੇਵਤਾ ਬਣ ਕੇ ਆ ਜਾਂਦਾ ਹੈ ਕਦੇ ਰਾਮ ਬਣ ਕੇ ਆ ਜਾਂਦਾ ਹੈ ਕਦੇ ਕ੍ਰਿਸ਼ਨ ਬਣ ਕੇ ਆ ਜਾਂਦਾ ਹੈ ਕਦੇ ਕੁਛ ਬਣ ਕੇ ਆ ਜਾਂਦਾ ਹੈ ਸਮੇਂ-ਸਮੇਂ ਅਨੁਸਾਰ ਜਦੋਂ ਲੋੜ ਪਈ ਜ਼ਾਲਮ ਤੇ ਜ਼ੁਲਮ ਨੇ ਅਤ ਚੁੱਕੀ ਉਹਦਾ ਸੰਘਾਰ ਕਰਨ ਵਾਸਤੇ ਪ੍ਰਮਾਤਮਾ ਨੇ ਸਰੂਪ ਬਦਲ ਕੇ ਧਰਤੀ ਤੇ ਅਵਤਾਰ ਧਾਰੇ ਨੇ ਤੇ ਸਤਿਗੁਰੂ ਜੀ ਉਹਨਾਂ ਅਵਤਾਰਾਂ ਨੂੰ ਮੰਨਣ ਦੀ ਥਾਂ ਉਸ ਪ੍ਰਮਾਤਮਾ ਉਸ ਵਾਹਿਗੁਰੂ ਨਿਰੰਕਾਰ ਦੀ ਗੱਲ ਕਰ ਰਹੇ ਨੇ ਕਿ ਜਿਹੜਾ ਸਮੇਂ-ਸਮੇਂ ਤੇ ਅਵਤਾਰ ਬਦਲ ਕੇ ਰੂਪ ਬਦਲ ਕੇ ਭੇਸ ਬਦਲ ਕੇ ਆਉਂਦਾ ਹੈ ਨਿਰੰਕਾਰ ਨਿਰਵੈਰ ਜਿਹੜਾ ਕਿਸੇ ਦੇ ਨਾਲ ਬੈਰ ਨਹੀਂ ਰੱਖਦਾ ਜਿਸ ਦਾ ਆਕਾਰ ਕੋਈ ਨਹੀਂ ਕਿ ਜਿਸ ਨੂੰ ਆਪਾਂ ਬੰਨ ਨਹੀਂ ਸਕਦੇ ਕਿ ਕਿਸੇ ਇੱਕ ਸਰੀਰ ਦਾ ਮਹਤਾਜ ਹੈ ਸਮੇਂ-ਸਮੇਂ ਤੇ ਸਰੀਰ ਬਦਲ ਕੇ ਆਉਂਦਾ ਰਿਹਾ ਹੈ ਉਸ ਪ੍ਰਮਾਤਮਾ ਨਾਲ ਜੁੜਨਾ ਤੇ ਜਦੋਂ ਉਸ ਪ੍ਰਮਾਤਮਾ ਨਾਲ ਜੁੜ ਗਏ ਤੇ ਫਿਰ ਇਹ ਸ਼ਕਤੀਆਂ ਇਹ ਤਾਕਤਾਂ ਜਿਹੜੀਆਂ ਇਹ ਕੋਈ ਮਹਿਣਾ ਨਹੀਂ ਰੱਖਦੀਆਂ ਕਿਉਂ ਕਿਉਂਕਿ ਜਦੋਂ ਧੂਰੀ ਦੇ ਨਾਲ ਹੀ ਜੁੜ ਗਏ ਤੇ ਉਸ ਧੂਰੀ ਦੇ ਨਾਲ ਭਾਵੇਂ ਕਿੰਨੀਆਂ ਸ਼ਾਖਾਵਾਂ ਕਿੰਨੀਆਂ ਟਾਹਣੀਆਂ ਕਿਉਂ ਨਹੀਂ ਲੱਗੀਆਂ ਇੱਕ ਰੁੱਖ ਦੀ ਨਿਆਈ ਜੇਕਰ ਰੁੱਖ ਦੀਆਂ ਜੜ੍ਹਾਂ ਦੇ ਨਾਲ ਸਾਰਾ ਰੁੱਖ ਖੜਾ ਹੈ ਜੜ੍ਹਾਂ ਦੇ ਸਿਰ ਤੇ ਭਾਵੇਂ ਉਹਦੇ ਪੱਤੇ ਨੇ ਭਾਵੇਂ ਉਹਦੇ ਫੁੱਲ ਨੇ ਭਾਵੇਂ ਉਹਦੇ ਫਲ ਨੇ ਭਾਵੇਂ ਉਹਦੇ ਟਾਹਣੇ ਟਾਹਣੀਆਂ ਨੇ ਉਹ ਖੜੀਆਂ ਤਾਂ ਜੜਾਂ ਦੇ ਸਿਰ ਤੇ ਹੀ ਹੈ ਨਾ ਤੇ ਜਿਨੇ ਜੜ ਫੜ ਲਈ ਤੇ ਬਾਕੀ ਪੱਤੇ ਟਾਹਣੀਆਂ ਫੁੱਲ ਫਲ ਸਭ ਕੁਝ ਆਪੇ ਵਿੱਚੇ ਆ ਜਾਂਦਾ ਹੈ ਸੋ ਇਸੇ ਤਰ੍ਹਾਂ 사ਤਗੁਰ ਸੱਚੇ ਪਾਸ਼ਾ ਉਸ ਨਿਰੰਕਾਰ ਦੇ ਵੱਲ ਇਸ਼ਾਰਾ ਕਰ ਰਹੇ ਨੇ ਕਿ ਜਿਹੜਾ ਇਹਨਾਂ ਸਭ ਤਾਕਤਾਂ ਨੂੰ ਸ਼ਕਤੀਆਂ ਨੂੰ ਬਲ ਨੂੰ ਪੈਦਾ ਕਰਨ ਵਾਲਾ ਹੈ ਉਹਦੇ ਵੱਲ ਧਿਆਨ ਧਰੋ ਸੁੰਭ ਜੀਬ ਜਵਾਲੰ ਸੁਦਾੜਾ ਕਰਾਲੰ ਬਜੀ ਬੰਬ ਸੰਖੰ ਉਠੇ ਨਾਦ ਬੰਖੰ ਸੁੰਭ ਰੂਪ ਸਿਆਮੰ ਮਹਾ ਸ਼ੋਭਤਾਮੰ ਛਬੇ ਚਾਰ ਚਿਤ੍ਰੰ ਪਰੇੰ ਪਵਿੱਤਰੰ ਤੇ 사ਤੁਰੂ ਜੀ ਅਗੇ ਕਿਰਪਾ ਕਰ ਰਹੇ ਨੇ ਕਿ ਉਸ ਦੀ ਜੀਬ ਸੁਮਬ ਜੀਬ ਜਵਾਲੰ ਤੇ ਜਦੋਂ ਉਹ ਰਣ ਦੇ ਮੈਦਾਨ ਦੇ ਅੰਦਰ ਜ਼ਾਲਮਾਂ ਨੂੰ ਖਤਮ ਕਰਨ ਵਾਸਤੇ ਆਉਂਦਾ ਹੈ ਤੇ ਉਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਜਵਾਲਾ ਬਲ ਰਹੀ ਹੋਵੇ ਜੀਬ ਦੇ ਉੱਪਰ ਜਵਾਲਾ ਬਲ ਰਹੀ ਹੋਵੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਸੁਦਾੜਾ ਕਰਾਲੰ ਤੇ ਇਉਂ ਲੱਗਦਾ ਹੈ ਕਿ ਜਿਵੇਂ ਬਹੁਤ ਭਿਆਨਕ ਜਿਵੇਂ ਦੰਤ ਨੇ ਰਾਖਸ਼ ਨੇ ਬੜਾ ਭਿਆਨਕ ਉਹਨਾਂ ਦਾ ਰੂਪ ਹੁੰਦਾ ਸੀ ਤੇ ਪਹਿਲੇ ਚੰਦਰ ਵਿੱਚ ਸਤਗੁਰੂ ਚੇ ਪਾਸ਼ਾ ਨੇ ਕਿਰਪਾ ਕੀਤੀ ਸੀ ਕੇ ਕਾਲ ਦਾੜਾਂ ਕੇ ਕਾਲ ਦੀਆਂ ਦਾੜਾਂ ਚ ਪੀਠੇ ਗਏ ਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਂਉਂ ਦੱਸ ਰਹੇ ਨੇ ਕਿ ਉਹ ਐਸੀਆਂ ਭਿਆਨਕ ਦਾੜਾਂ ਦੇ ਵਿੱਚ ਉਹਨਾਂ ਨੂੰ ਮਸਲ ਦਿੰਦਾ ਏ ਕਿਨਾਂ ਨੂੰ ਪਾਪੀਆਂ ਨੂੰ ਤੇ ਪਾਪ ਨੂੰ ਰਗੜ ਦਿੰਦਾ ਏ ਚਿੱਥ ਦਿੰਦਾ ਏ ਕਿ ਜਿਸ ਦਾ ਸਰੂਪ ਇਹੋ ਮਹਿਸੂਸ ਹੁੰਦਾ ਹੈ ਕਿ ਜੀਵ ਦੇ ਉੱਪਰ ਜਵਾਲਾ ਹੈ ਤੇ ਦਾੜਾਂ ਬਹੁਤ ਭਿਆਨਕ ਹਨ ਤੇ ਉਹਦੇ ਆਗਮਨ ਤੇ ਧੌਂਸੇ ਵੱਜ ਰਹੇ ਨੇ ਨਗਾਰੇ ਵੱਜ ਰਹੇ ਨੇ ਐਂਉਂ ਮਹਿਸੂਸ ਹੁੰਦਾ ਹੈ ਕਿ ਜਦੋਂ ਉਹ ਜ਼ੁਲਮ ਦਾ ਅੰਤ ਕਰਨ ਵਾਸਤੇ ਆਪਣਾ ਸਰੂਪ ਧਾਰਦਾ ਹੈ ਤੇ ਧੌਂਸੇ ਦੇ ਨਗਾਰੇ ਵੱਜਦੇ ਹਨ ਤੇ ਜਿਵੇਂ ਸਮੁੰਦਰ ਦੀਆਂ ਛੱਲਾਂ ਉੱਪਰ ਦੀ ਉੱਠ ਉੱਠ ਕੇ ਆਉਂਦੀਆਂ ਨੇ ਗਰਜ ਪੈਦਾ ਹੁੰਦੀ ਹੈ ਇਸ ਤਰੀਕੇ ਦੇ ਨਾਲ ਉਹਨਾਂ ਦਾ ਨਾਦ ਉਹ ਉਤਪਨ ਹੁੰਦਾ ਹੈ ਬਜੀ ਬੰਬ ਸੰਖੰ ਉਡੇ ਨਾਦ ਬੰਖੰ ਸ੍ਰੂ ਸੁਭਮ ਰੂਪ ਸਾਭੰ ਸੁਭੰਬ ਰੂਪ ਸਿਆਮੰ ਮਹਾ ਸ਼ੋਭਤਾਮੰ ਛਬੇ ਚਾਰ ਚਿਤ੍ਰੰ ਪਵੇਰੰ ਪਵਿੱਤਰੰ ਤੇ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਕਿ ਉਸ ਦਾ ਰੂਪ ਸਾਵਲਾ ਸਰੂਪ ਬੜਾ ਸੋਹੰਦਾ ਹੈ ਬੜਾ ਸੁੰਦਰ ਲੱਗਦਾ ਹੈ ਉਸ ਪ੍ਰਮਾਤਮਾ ਨੂੰ ਸ਼ਕਤੀ ਰੂਪ ਨੂੰ ਸਤਿਗੁਰ ਸੱਚੇ ਪਾਸ਼ਾ ਚਿੱਤਰ ਖਿੱਚਣ ਦਾ ਯਤਨ ਕਰ ਰਹੇ ਨੇ ਕਿ ਇਉਂ ਵੱਡੀਆਂ-ਵੱਡੀਆਂ ਦਾੜਾਂ ਦੇ ਰਾਹੀਂ ਪਾਪੀਆਂ ਨੂੰ ਚਿਤ्थ ਦਿੰਦਾ ਹੈ ਮਸਲ ਦਿੰਦਾ ਹੈ ਜੀਬ ਦੇ ਉੱਪਰ ਜਿਵੇਂ ਜਵਾਲਾ ਹੋਵੇ ਤੇ ਸਮੁੰਦਰ ਦੀਆਂ ਛੱਲਾਂ ਦੇ ਵਾਂਗ ਵਿਸ਼ਾਲ ਸਰੂਪ ਧਾਰਨ ਕਰਕੇ ਆਉਂਦਾ ਹੈ ਤੇ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਗਰਜ ਪੈਦਾ ਹੋ ਰਹੀ ਹੋਵੇ ਤੇ ਉਸ ਦਾ ਸਾਬਲਾ ਸਰੂਪ ਉਹ ਸੋਭ ਰਿਹਾ ਹੈ ਤੇ ਉਹਦਾ ਸੋਭਾ ਮਹਾਨ ਸੋਭਾ ਵਾਲਾ ਘਰ ਹੈ ਉਹ ਪ੍ਰਮਾਤਮਾ ਦਾ ਘਰ ਜਿਹੜਾ ਹੈ ਬੜੀ ਉੱਤਮ ਸੋਭਾ ਵਾਲਾ ਹੈ ਜਿੰਨੀ ਵਡਿਆਈ ਕੀਤੀ ਜਾਵੇ ਉਨੀ ਹੀ ਥੋੜੀ ਹੈ ਤੇ ਉਹ ਪ੍ਰਮਾਤਮਾ ਜਿਹੜਾ ਪਰੇ ਤੇ ਪਵਿੱਤਰ ਹੈ ਸਭ ਤੋਂ ਵੱਖਰਾ ਹੈ ਸਭ ਤੋਂ ਨਿਆਰਾ ਹੈ ਤੇ ਸ਼ੁੱਧ ਹੈ پاک ਹੈ ਉਹਦੇ ਅੰਦਰ ਕਮੀ ਕੋਈ ਨਹੀਂ ਮਨੁੱਖਾਂ ਦੇ ਅੰਦਰ ਦੂਸਰਿਆਂ ਦੇ ਅੰਦਰ ਉਹਦੇ ਪੈਦਾ ਕੀਤੀਆਂ ਚੀਜ਼ਾਂ ਦੇ ਅੰਦਰ ਤੇ ਕਮੀਆਂ ਹੋ ਸਕਦੀਆਂ ਨੇ ਪਰ ਉਹ ਪ੍ਰਮਾਤਮਾ ਜਿਹੜਾ ਸਭ ਨੂੰ ਪੈਦਾ ਕਰਨ ਵਾਲਾ ਹੈ ਪਰੇਯੰ ਪਵਿੱਤਰੰ ਸਭ ਤੋਂ ਪਰੇ ਹੈ ਤੇ ਸਭ ਤੋਂ ਪਵਿੱਤਰ ਹੈ ਉਹਦੇ ਅੰਦਰ ਕਮੀ ਕੋਈ ਕੱਢੀ ਨਹੀਂ ਜਾ ਸਕਦੀ ਪੁਜੰਗ ਪ੍ਰਯਤ ਛੰਦ ਸਿਰੰਗ ਸੇਤ ਛਤਰੰ ਸੁਸੁੰਭੰ ਵਿਰਾਜੰ ਲਖੇ ਛੈਲ ਛਾਇਆ ਕਰੇ ਤੇਜ ਲਾਜੰ ਵਿਸਾਲੰ ਲਾਲ ਨੈਨੰ ਮਹਾਰਾਜ ਸੋਹੰ ਟਿਡੰਗ ਅੰਸੁਮਾਲੰ ਹੰਸ ਕੋਟ ਕਰੋਹੰ ਕਹੂੰ ਰੂਪ ਧਾਰੇ ਮਹਾਰਾਜ ਸੋਹੰ ਕਹੂੰ ਦੇਵ ਕੰਨਿਆੰ ਕੇ ਮਾਨ ਮੋਹੰ ਕਬਹੂ ਬੀਰ ਹੋਏ ਕੇ ਧਰੇ ਬਾਨ ਪਾਨੰ ਕਹੂੰ ਭੂਪ ਹੋਏ ਕੈ ਬਜਾਏ ਨਿਸਾਨੰ ਅੱਗੇ ਸਤਿਗੁਰੂ ਜੀ ਭਜੰਗ ਪ੍ਰਯਾਤ ਛੰਦ ਦੇ ਰੂਪ ਦੇ ਵਿੱਚ ਕਿਰਪਾ ਕਰ ਰਹੇ ਨੇ ਸਿਰੰਗ ਸੇ ਤ ਛਤਰੰ ਸੁਸੁੰਬੰ ਵਿਰਾਜੰ ਲਖੇ ਛੈਲ ਛਾਇਆ ਕਰੇ ਤੇਜ ਲਾਜੰ ਕਿ ਉਹ ਪ੍ਰਮਾਤਮਾ ਦੇ ਸਿਰ ਦੇ ਉੱਪਰ ਇੱਕ ਐਸਾ ਸਫੇਦ ਛਤਰ ਝੁੱਲ ਰਿਹਾ ਹੈ ਕਿ ਜਿਸ ਨੂੰ ਦੇਖਦਿਆਂ ਹੀ ਆਨੰਦ ਆ ਜਾਂਦਾ ਹੈ ਲਖੇ ਛੈਲ ਛਾਇਆ ਕਰੇ ਤੇਜ ਲਾਜੰ ਕਿ ਇੰਨਾ ਕੁ ਛੈਲ ਸ਼ਬੀਲਾ ਤੇ ਇੰਨਾ ਕੋ ਨਿਆਰਾ ਉਸ ਦਾ ਦਰਸ਼ਨ ਹੈ ਕਿ ਤੇਜ ਪ੍ਰਕਾਸ਼ ਵੀ ਸ਼ਰਮਾ ਜਾਂਦਾ ਹੈ ਉਹਦੇ ਅੱਗੇ ਐਸੀ ਉਸ ਪ੍ਰਮਾਤਮਾ ਦੀ ਨਿਰੰਕਾਰ ਦੀ ਚਮਕ ਹੈ ਵਿਸਾਲੰਗ ਲਾਲ ਨੈਨੰਗ ਮਹਾਰਾਜ ਸੋਹੰ ਕਿਉਂ ਉਸ ਦੇ ਨੇਤਰ ਲਾਲ ਨੇ ਤੇ ਇਉਂ ਲੱਗਦਾ ਜਿਵੇਂ ਕੋਈ ਰਾਜਿਆਂ ਦਾ ਵੀ ਰਾਜਾ ਮਹਾਰਾਜਿਆਂ ਦਾ ਵੀ ਮਹਾਰਾਜਾ ਬੈਠਾ ਹੋਵੇ ਸੋਭਰਿਆ ਹੋਵੇ ਢਿਗੰ ਅੰਸੂਮਾਲੰਗ ਹੰਸ ਕੋਟ ਕਰੋਹੰ ਕਿਉਂ ਪ੍ਰਮਾਤਮਾ ਜਿਹੜਾ ਕਰੋੜਾਂ ਸੂਰਜਾਂ ਦਾ ਅੰਸਮੋਲੰਗ ਜਿਵੇਂ ਇੱਕ ਸੂਰਜ ਦੇ ਨਾਲ ਕਿੰਨਾ ਜਾਣਨ ਹੋ ਜਾਂਦਾ ਹੈ ਤੇ ਉਹ ਪ੍ਰਮਾਤਮਾ ਜਿਹੜਾ ਕੋਰ ਕਰੋੜਾਂ ਹੀ ਸੂਰਜਾਂ ਦਾ ਜਿਹੜਾ ਹੈ ਉਹ ਉਹਨਾਂ ਤੋਂ ਵੀ ਵੱਡਾ ਹੈ ਭਾਵ ਕਿ ਸੂਰਜਾਂ ਨੂੰ ਵੀ ਦੇਖ ਕੇ ਉਹਦੇ ਅੱਗੇ ਸ਼ਰਮ ਆ ਜਾਂਦੀ ਹੈ ਕਿ ਇੰਨਾ ਕੁ ਤੇਜ ਐਡਾ ਕੁ ਪ੍ਰਕਾਸ਼ ਉਸ ਪ੍ਰਮਾਤਮਾ ਦਾ ਹੈ ਕਿ ਉਸ ਦੇ ਅੱਗੇ ਵੱਡੇ ਵੱਡੇ ਸੂਰਜ ਵੀ ਆਪਣੀ ਚਮਕ ਜਿਹੜੀ ਨੇ ਉਹ ਗਵਾ ਲੈਂਦੇ ਨੇ ਐਡੀ ਕੁ ਚਮਕ ਐਡਾ ਕੁ ਲਸ਼ਕਾਰਾ ਹੈ ਉਸ ਪ੍ਰਮਾਤਮਾ ਦਾ ਉਸ ਵਾਹਿਗੁਰੂ ਦਾ ਟਿਡੰ ਅੰਸੂਮਾਲੰ ਹੰਸਕੋਟ ਕਰੋਹੰ ਕਿ ਉਸ ਪ੍ਰਮਾਤਮਾ ਦੇ ਚਮਕਾਰੇ ਦੇ ਅੱਗੇ ਸੂਰਜਾਂ ਦੀ ਚਮਕ ਵੀ ਫਿੱਕੀ ਪੈ ਜਾਂਦੀ ਹੈ ਕਹੂੰ ਰੂਪ ਧਾਰੇ ਮਹਾਰਾਜ ਸੋਹੰ ਕਹੂੰ ਦੇਵ ਕੰਨਯੰ ਕੇ ਮਾਨਮੋਹੰ ਤੇ ਬੜਾ ਹੀ ਸੁੰਦਰ ਸਰੂਪ ਵਾਲਾ ਪ੍ਰਮਾਤਮਾ ਮਹਾਰਾਜਿਆਂ ਦੀ ਤਰ੍ਹਾਂ ਸੋਭ ਰਿਹਾਏ ਸੋਹੰਦਾ ਹੈ ਨਜ਼ਰੀਂ ਪੈਂਦਾ ਹੈ ਕਹੂੰ ਦੇਵ ਕੰਨਯੰ ਕੇ ਮਾਨਮੋਹੰ ਕੇ ਦੇਵ ਕੰਨਿਆ ਦੀ ਤਰ੍ਹਾਂ ਜਿਵੇਂ ਦੇਵਤਿਆਂ ਦੀਆਂ ਕੰਨਿਆ ਮੰਨਿਆ ਗਿਆ ਹੈ ਕਿ ਦੇਵ ਕੰਨਿਆ ਬੜੀਆਂ ਸੁੰਦਰ ਸਰੂਪ ਵਾਲੀਆਂ ਹਨ ਉਹਨਾਂ ਦਾ ਚਿਹਰਾ ਮੂਰਾ ਤੱਕਿਆ ਜਿਹੜਾ ਹੈ ਉਹ ਮਨ ਜਿਹੜਾ ਹੈ ਉਹਨਾਂ ਦੀ ਸੁੰਦਰਤਾ ਦੀ ਤਾਰੀਫ ਕੀਤੇ ਬਗੈਰ ਰਹਿ ਨਹੀਂ ਸਕਦਾ ਇਸੇ ਤਰ੍ਹਾਂ ਪ੍ਰਮਾਤਮਾ ਜੀ ਜਿਹੜੇ ਹਨ ਉਹਨਾਂ ਦਾ ਵੀ ਸਰੂਪ ਬੜਾ ਸੁੰਦਰ ਅਤੇ ਸੁਜੀਲਾ ਹੈ ਕਹੂੰ ਵੀਰ ਹੋਏ ਕੈ ਧਰੇ ਬਾਣ ਪਾਨੰ ਕਹੂੰ ਭੋਪ ਹੋਏ ਕੈ ਬਜਾਏ ਨਿਸਾਨੰ ਤੇ ਕਿਤੇ ਸ਼ੂਰ ਵੀਰ ਹੋ ਕੇ ਬਾਣ ਧਾਰੰ ਤੀਰੰਦਾਜ਼ ਤੀਰ ਅਤੇ ਕਮਾਨ ਸ਼ੋਭ ਰਹੇ ਨੇ ਮੋਢਿਆਂ ਤੇ ਸ਼ੂਰ ਵੀਰ ਦੀ ਤਰ੍ਹਾਂ ਅਸਤਰ ਸ਼ਸਤਰ ਪਹਿਨਿਆ ਹੋਇਆ ਨਜ਼ਰ ਆਉਂਦਾ ਹੈ ਕਿ ਇੱਕ ਸ਼ੂਰ ਵੀਰ ਹੈ ਤੇ ਕਿਤੇ ਰਾਜਾ ਹੋ ਕੇ ਤੋਂਸੇ ਵਜਾ ਰਿਹਾ ਹੈ ਜਾ ਰਿਹਾ ਹੈ ਨਿਕਲਦਾ ਜਿਵੇਂ ਰਾਜਾ ਮਹਾਰਾਜੇ ਨਿਕਲਦੇ ਨੇ ਜਿਨ੍ਹਾਂ ਦੇ ਅਧੀਨ ਪਾਵਰ ਹੈ ਜਿਨ੍ਹਾਂ ਦੇ ਕੋਲ ਸ਼ਕਤੀ ਹੈ ਤਾਕਤ ਹੈ ਜ਼ਮੀਨ ਉਹਨਾਂ ਦੇ ਕੋਲ ਹੈ ਧਨ ਦੌਲਤ ਉਹਨਾਂ ਦੇ ਕੋਲ ਹੈ ਵੱਡੇ ਸਿੰਘਾਸਨ ਉਹਨਾਂ ਦੇ ਕੋਲ ਨੇ ਜਿਵੇਂ ਰਾਜਾ ਮਹਾਰਾਜਾ ਕੋਈ ਨਿਕਲਦਾ ਹੈ ਤੇ ਧੋਂਸੇ ਨਗਾਰੇ ਵੱਜਦੇ ਨੇ ਇਸੇ ਤਰ੍ਹਾਂ ਉਹ ਪ੍ਰਮਾਤਮਾ ਅਕਾਲ ਪੁਰਖ ਜੋ ਸਭ ਦਾ ਮਾਲਕ ਹੈ ਸਭ ਸ੍ਰਿਸ਼ਟੀ ਦਾ ਪਾਲਕ ਹੈ ਉਹ ਰਾਜਿਆਂ ਦਾ ਵੀ ਰਾਜਾ ਮਹਾਰਾਜਿਆਂ ਦਾ ਵੀ ਮਹਾਰਾਜਾ ਹੈ ਤੇ ਇਉਂ ਲੱਗਦਾ ਹੈ ਕਿ ਜਿਵੇਂ ਸ਼ੂਰ ਵੀਰਾਂ ਦਾ ਵੀ ਸ਼ੂਰ ਵੀਰ ਹੋਵੇ ਧੁੱਖ ਧਾਰੀ ਹੋਵੇ ਬਾਣ ਫੜੇ ਹੋਣ ਮੋਢੇ ਤੇ ਪੱਥੇ ਲਟਕਦੇ ਹੋਣ ਹੱਥਾਂ ਵਿੱਚ ਤੀਰ ਕਮਾਨ ਫੜੇ ਨੇ ਤੇ ਮਹਾਰਾਜਾਂ ਦੀ ਤਰ੍ਹਾਂ ਜਦੋਂ ਫਿਰ ਨਿਕਲਦਾ ਹੈ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਤੁੰਸੇ ਨਗਾਰੇ ਵੱਜਦੇ ਹੋਣ ਤੇ ਉਹ ਮਹਾਰਾਜਾਂ ਦੇ ਸਰੂਪ ਦੀ ਤਰ੍ਹਾਂ ਰਾਜਿਆਂ ਦਾ ਵੀ ਰਾਜਾ ਮਹਾਰਾਜਾਂ ਦਾ ਵੀ ਮਹਾਰਾਜਾ ਰੂਪ ਪਰਮਾਤਮਾ ਉਹ ਫਿਰ ਮੈਦਾਨੇ ਜੰਗ ਦੇ ਅੰਦਰ ਉਹ ਉਤਰਦਾ ਹੈ ਰਸਾਵਲ ਛੰਦ ਤਨੂਰ ਬਾਨ ਧਾਰੇ ਛੱਕੇ ਛੈਲ ਭਾਰੇ ਲਏ ਖਗ ਐਸੇ ਮਹਾਬੀਰ ਜੈਸੇ ਜੁਰੇ ਜੰਗ ਜੋਰੰ ਕਰੇ ਜੁੱਧ ਕੋਰੰ ਕਿਰਪਾ ਨਿਦ ਦਿਆਲੰ ਸਦਾਇੰ ਕਿਰਪਾਲੰ ਤੇ ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਰਸਾਵਲ ਛੰਦ ਦੇ ਰੂਪ ਦੇ ਵਿੱਚ ਤੁਹਾਨੂੰ ਰਬਾਨ ਧਾਰੇ ਛਕੇ ਛੈ ਲਪਾਰੇ ਲੈ ਖਗ ਐਸੇ ਮਹਾਬੀਰ ਜੈਸੇ ਕਿ ਐਸੇ ਐਸੇ ਉਹ ਪ੍ਰਮਾਤਮਾ ਸੱਚੇ ਪਾਤਸ਼ਾਹ ਦੇ ਰੂਪ ਦੀ ਤਸਵੀਰ ਖਿੱਚ ਰਹੇ ਨੇ ਕਿ ਤੀਰ ਕਮਾਨ ਧਾਰਨ ਕੀਤਾ ਹੋਇਆ ਹੈ ਤਨੁਖ ਫੜਿਆ ਹੋਇਆ ਹੈ ਬਾਣ ਚੜਾਏ ਹੋਏ ਨੇ ਤੇ ਯੁੱਧ ਵੀਰਾਂ ਦੇ ਵਾਂਗ ਯੋਧਿਆਂ ਦੇ ਵਾਂਗ ਉਹ ਪ੍ਰਮਾਤਮਾ ਉਹ ਫੱਬਰਿਆਏ ਉਹ ਸੋਭ ਰਿਆਏ ਉਹ ਨਜ਼ਰੀ ਪੈਂਦਾ ਜਿਵੇਂ ਕੋਈ ਵੱਡਾ ਸੂਰਮਾ ਕੋਈ ਵੱਡਾ ਯੋਧਾ ਸ਼ਸਤਰਾਂ ਦੇ ਨਾਲ ਸਜਿਆ ਹੋਵੇ ਤੇ ਨਜ਼ਰੀ ਦੇਖ ਕੇ ਅਨੰਦ ਆ ਜਾਂਦਾ ਹੈ ਕਿ ਪਤਾ ਲੱਗਦਾ ਹੈ ਕਿ ਸ਼ੂਰਬੀਰ ਯੋਧਾ ਆ ਰਿਹਾ ਹੈ ਇਸ ਤਰ੍ਹਾਂ ਉਹ ਪ੍ਰਮਾਤਮਾ ਵਾਹਿਗੁਰੂ ਰੰਗਕਾਰ ਸ਼ੂਰਬੀਰਾਂ ਦੀ ਤਰ੍ਹਾਂ ਧੁਨਖ ਧਾਰੀ ਹੈ ਹੱਥ ਵਿੱਚ ਤਲਵਾਰ ਇਉਂ ਮਹਿਸੂਸ ਹੁੰਦੀ ਹੈ ਜਿਵੇਂ ਕੋਈ ਵੱਡਾ ਸੂਰਮਾ ਜਿਹੜਾ ਹੈ ਰਣ ਦੇ ਮੈਦਾਨ ਦੇ ਅੰਦਰ ਉਹ ਨਿਤਰ ਰਿਹਾ ਹੋਵੇ ਤਨੁਰਬਾਨ ਧਾਰੇ ਛਕੇ ਛੈਲ ਭਾਰੇ ਲੈ ਖੱਗ ਐਸੇ ਮਹਾਵੀਰ ਜੈਸੇ ਖੱਗ ਕਿਹਾ ਜਾਂਦਾ ਹੈ ਤਲਵਾਰ ਨੂੰ ਸ੍ਰੀ ਸਾਹਿਬ ਨੂੰ ਤੇ ਖੱਗ ਐਸੇ ਸੋਭ ਰਹੀ ਹੈ ਹੱਥਾਂ ਦੇ ਵਿੱਚ ਜਿਵੇਂ ਮਹਾਵੀਰ ਯੋਧਾ ਕੋ ਸ਼ੂਰਮੀ ਹੋਵੇ ਜੁਰੇ ਜੰਗ ਜੋਰੰ ਕਰੇ ਜੁਦ ਕੋਰੰ ਕਿਰਪਾ ਨਿਧ ਦਿਆਲੰ ਸਦਾਯੰ ਕਿਰਪਾਲੰ ਉਹ ਪ੍ਰਮਾਤਮਾ ਉਹ ਇਉਂ ਫਿਰ ਮਹਿਸੂਸ ਹੁੰਦਾ ਹੈ ਕਿ ਯੋਧੇ ਦੀ ਤਰ੍ਹਾਂ ਜਦੋਂ ਫਿਰ ਜੰਗ ਦੇ ਵਿੱਚ ਉਤਰਦਾ ਹੈ ਜੰਗ ਦੇ ਮੈਦਾਨ ਦੇ ਅੰਦਰ ਲੋਹੇ ਤੇ ਲੋਹਾ ਜਿਹੜਾ ਖੜਕਦਾ ਹੈ ਕਿ ਭਿਆਨਕ ਯੁੱਧ ਦਾ ਰੂਪ ਧਾਰਨ ਕਰ ਲੈਂਦਾ ਹੈ ਦੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਉਸ ਦਾ ਇੱਕ ਹੋਰ ਗੁਣ ਬਿਆਨ ਕਰ ਰਹੇ ਨੇ ਜੁਰੇ ਜੰਗ ਜੋਰੰ ਕਰੇ ਜੁਧ ਕੋ ਰੰਗ ਜੰਗ ਦੇ ਮੈਦਾਨ ਦੇ ਅੰਦਰ ਉਤਰਦਿਆਂ ਸਾਰ ਹੀ ਕੋਰ ਦਾ ਜੁਧ ਸ਼ੁਰੂ ਹੋ ਜਾਂਦਾ ਹੈ ਕਿਰਪਾ ਨਿਧ ਦਿਆਲੰ ਸਦਾਇੰ ਕਿਰਪਾਲੰ ਕਿ ਉਹ ਪ੍ਰਮਾਤਮਾ ਜਿਹੜਾ ਹੈ ਕਿਰਪਾ ਦਾ ਘਰ ਹੈ ਕਿਰਪਾ ਦਾ ਖਜ਼ਾਨਾ ਹੈ ਦਿਆਲਤਾ ਵਾਸਤੇ ਕਿਰਪਾਲਤਾ ਵਾਸਤੇ ਸ੍ਰੀ ਸਾਭ ਚੁੱਕ ਰਿਹਾ ਹੈ ਇਹ ਨਹੀਂ ਕਿ ਬਦਲਾ ਲੈਣ ਵਾਸਤੇ ਕਿਸੇ ਨੂੰ ਮਾਰਨ ਵਾਸਤੇ ਆਪਣੇ ਆਪ ਨੂੰ ਉੱਚਾ ਤੇ ਕਿਸੇ ਨੂੰ ਨੀਵਾ ਕਰਨ ਵਾਸਤੇ ਨਹੀਂ ਭਾਈ ਜੇਕਰ ਉਹ ਇਸ ਤਰੀਕੇ ਦੇ ਨਾਲ ਸੋਭਦਾ ਹੈ ਤੇ ਉਸ ਦੀ ਤਲਵਾਰ ਉਸ ਦੀ ਕਿਰਪਾਨ ਜਿਹੜੀ ਹੈ ਉਹ ਜੁੱਧ ਦੇ ਮੈਦਾਨ ਦੇ ਅੰਦਰ ਕਿਰਪਾ ਕਰਨ ਵਾਸਤੇ ਕਿਰਪਾਲਤਾ ਕਰਨ ਵਾਸਤੇ ਅਤੇ ਦਿਆਲਤਾ ਕਰਨ ਵਾਸਤੇ ਜਿਹੜੀ ਹੈ ਉਹ ਉੱਭਰ ਕੇ ਸਾਹਮਣੇ ਆਉਂਦੀ ਹੈ ਨਾ ਕਿ ਕਿਸੇ ਦੇ ਉੱਪਰ ਜ਼ੁਲਮ ਕਰਨ ਵਾਸਤੇ ਨਾ ਕਿ ਕਿਸੇ ਨੂੰ ਢਾਉਣ ਤੇ ਮਿਟਾਉਣ ਵਾਸਤੇ ਜਿਹੜੀ ਹੈ ਉਹ ਅੱਗੇ ਆਉਂਦੀ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਅੱਜ ਦੇ ਇਸ ਹਾਜ਼ਰੀ ਨੂੰ ਸੰਗਤ ਜੀ ਆਪਾਂ ਇਥੋਂ ਤੱਕ ਹੀ ਜਿਹੜਾ ਸਰਵਣ ਕਰਾਂਗੇ ਇਸ ਤੋਂ ਅੱਗੇ ਜੋ ਸਤਿਗੁਰੂ ਸੱਚੇ ਪਾਸ਼ਾ ਉਸ ਪ੍ਰਮਾਤਮਾ ਦੇ ਸਰੂਪ ਦੀ ਜੁੱਧ ਦੇ ਮੈਦਾਨ ਦੇ ਅੰਦਰ ਕਿਸ ਤਰੀਕੇ ਦੇ ਨਾਲ ਉਸਤਤ ਕਰਦੇ ਹਨ ਉਹ ਆਪਾਂ ਅਗਲੇ ਹਫ਼ਤੇ ਆਉਣ ਵਾਲੇ ਹਫ਼ਤੇ ਦੇ ਅੰਦਰ ਜਿਹੜਾ ਹੈ ਜਿਵੇਂ ਸਤਿਗੁਰੂ ਹੁਕਮ ਕਰਨਗੇ ਆਪ ਸੰਗਤ ਦੇ ਨਾਲ ਸੇਵਾ ਕਰਨ ਦਾ ਜਿਹੜਾ ਯਤਨ ਕਰਾਂਗੇ ਤੇ ਧੰਨਵਾਦ ਕਰਨਾ ਚਾਹੁੰਦਾ ਆਵਾਜ਼ੇ ਕਮ ਟੀਵੀ ਦਾ ਜਿਨ੍ਹਾਂ ਨੇ ਸਾਰੀ ਹੀ ਇਹ ਸੇਵਾ ਲੜੀਵਾਰ ਸਤਿਗੁਰੂ ਸੱਚੇ ਪਾਸ਼ਾ ਸ਼ਬਦ ਪ੍ਰਚਾਰ ਦੀ ਸੇਵਾ ਲੈ ਰਹੇ ਹਨ ਤੇ ਆਪ ਸੰਗਤਾਂ ਦਾ ਦੇਸ਼ਾਂ ਵਿਦੇਸ਼ਾਂ ਦਾ ਦੁਨੀਆ ਭਰ ਤੋਂ ਜਿਹੜੇ ਗੁਰਮੁਖ ਪਿਆਰੇ ਜਿਹੜੇ ਹਨ ਉਹ ਗੁਰੂ ਕੀ ਬਾਣੀ ਦੇ ਸਤਕਾਰ ਵਜੋਂ ਅਸੀਸਾਂ ਬਖਸ਼ਿਸ਼ ਕਰਦੇ ਹਨ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਸਤਿਗੁਰ ਜੀ ਦੀ ਕਿਰਪਾ ਦੁਆਰਾ ਆਪ ਸੰਗਤਾਂ ਦੀਆਂ ਅਸੀਸਾਂ ਦੁਆਰਾ ਬਹੁਤ ਸਤਿਗੁਰ ਸੱਚੇ ਪਾਤਸ਼ਾਹ ਨੇ ਚੜ੍ਹਦੀ ਕਲਾ ਦੇ ਨਾਲ ਸੇਵਾ ਜਿਹੜੀ ਹੈ ਉਹ ਲੈ ਰਹੇ ਹਨ ਤੇ ਗੁਰੂ ਘਰਾਂ ਦੇ ਅੰਦਰ ਵੀ ਸੰਗਤਾਂ ਨੇ ਬਹੁਤ ਵੱਡੇ ਪੱਧਰ ਦੇ ਉੱਪਰ ਸਮਾਗਮ ਜਿਹੜੇ ਨੇ ਰੱਖੇ ਨੇ ਸੋ ਉੱਥੇ ਵੀ ਹਾਜ਼ਰੀਆਂ ਭਰਨ ਵਾਸਤੇ ਦੇਸ਼ਾਂ ਉਦੇਸ਼ਾਂ ਤੋਂ ਸੰਗਤਾਂ ਦੇ ਜਿਹੜੀਆਂ ਹਨ ਉਹ ਹੁਕਮ ਲੱਗੇ ਨੇ ਜੀ ਸੋ ਜਿਵੇਂ ਜਿਵੇਂ ਸੰਗਤਾਂ ਕਿਰਪਾ ਕਰਨਗੀਆਂ ਗੁਰੂ ਸਾਹਿਬ ਮਿਹਰ ਕਰਨਗੇ ਆਪਣਾ ਸੇਸ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਣਗੇ ਯਤਨ ਕਰਾਂਗੇ ਕਿ ਸਤਿਗੁਰੂ ਦੀ ਬਾਣੀ ਦਾ ਪ੍ਰਚਾਰ ਕਰਦੇ ਆਪ ਸੰਗਤਾਂ ਦੇ ਜੋੜੇ ਝਾੜਨ ਦਾ ਯਤਨ ਕਰੀਏ ਬਾਕੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਤੋਂ ਸਿੱਖਿਆ ਲੈ ਕਰਕੇ ਮਨ ਤਕੜਾ ਕਰੀਏ ਬਾਣੀ ਨੂੰ ਪੜ੍ਹੀਏ ਸਮਝੀਏ ਤੇ ਫਿਰ ਨਿਰਣਾ ਲਈਏ ਕਾਂ ਗੱਲ ਬਾਣੀ ਸੰਗਤ ਜੀ ਕੇਵਲ ਕਿਸੇ ਦੇ ਪਿੱਛੇ ਲੱਗ ਕੇ ਤੇ ਮਾੜਾ ਮਾੜਾ ਕਹਿ ਕੇ ਮਾੜਾ ਨਹੀਂ ਹੋ ਜਾਣਾ ਤੇ ਚੰਗਾ ਚੰਗਾ ਕਹਿ ਕੇ ਚੰਗਾ ਨਹੀਂ ਬਣਿਆ ਜਾਂਦਾ ਖੁਦ ਪਰਖ ਕਰੀਏ ਸਤਿਗੁਰ ਦੇ ਚਰਨਾਚਰ ਅਰਦਾਸ ਕਰੀਏ ਕਿ ਸਤਿਗੁਰੂ ਸਮਝਣ ਦੀ ਬਖਸ਼ਿਸ਼ ਕਰੋ ਕਿਰਪਾ ਕਰੋ ਸੋਝੀ ਬਖਸ਼ ਦਿਓ ਤਾਂ ਜੋ ਆਪ ਜੀ ਦੇ ਕੀਤੇ ਇਸ਼ਾਰੇ ਨੂੰ ਸਮਝ ਸਕੀਏ ਬਾਕੀ ਹਰ ਕੋਈ ਆਜ਼ਾਦ ਹੈ ਭਾਈ ਕਿਸੇ ਨੇ ਮੰਨਣਾ ਹੈ ਕਿਸੇ ਨੇ ਨਹੀਂ ਮੰਨਣਾ ਉਹ ਤੁਹਾਡੀ ਪਰਸਨਲ ਜ਼ਿੰਦਗੀ ਹੈ ਪਰ ਬਿਨਾ ਕਿਸੇ ਗੱਲ ਤੋਂ ਐਵੇਂ ਨਿੰਦਿਆ ਕਰ ਦੇਣੀ ਉਹ ਵੀ ਗੁਰਮੁਖਾਂ ਦਾ ਫਰਜ਼ ਨਹੀਂ ਬਣਦਾ ਸਤਿਗੁਰੂ ਸਾਨੂੰ ਸਭ ਨੂੰ ਸਮੱਤ ਬਖਸ਼ਣ ਤਾਂ ਜੋ ਰਲ ਮਿਲ ਬੈਠ ਕੇ ਜਿਹੜਾ ਹੈ ਸਤਿਗੁਰ ਦੇ ਖਜ਼ਾਨੇ ਨੂੰ ਜਿਹੜਾ ਹੈ ਉਹ ਹੋਰ ਖੋਲ ਕੇ ਹੋਰ ਆਪਣੇ ਆਪ ਨੂੰ ਅਸੀਂ ਧਨਵਾਨ ਬਣਾ ਸਕੀਏ ਸਤਿਗੁਰ ਦੀ ਕਿਰਪਾ ਦੁਆਰਾ ਜੀ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਅੱਜ ਦੀ ਹਾਜ਼ਰੀ ਇੱਥੋਂ ਤੱਕ ਹੀ ਪ੍ਰਵਾਨ ਕਰਕੇ ਅਗਲੇ ਹਫ਼ਤੇ ਤੱਕਲੇ ਜਿਹੜਾ ਹੈ ਉਹ ਆਗਿਆ ਬਖਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ